ਸੋ ਹੈਗਾ ਇਸ ਕੀ ਹਾਲ ਚਾਲ, ਸਭ ਤੋਂ ਪਹਿਲੀ ਸਾਰੇ ਵਧੀਆ ਹੋਵੋਗੇ। ਨਾਈਟ ਵਿਦ ਟੀਅਰਸ, ਹਾਰਵੀ ਮਾਨ, ਜ਼ੀਲ ਬੋਇਜ਼, VS ਕਲੇਅਰ ਬਾਈ ਦੇ, ਅਤੇ ਨਾਲੇ ਹਾਰਵੀ ਮਾਨ ਬਾਈ ਨੇ ਗਾਇਆ, VS ਕਲੇਅਰ ਬਾਈ ਦੇ ਲਿਰਿਕਸ ਨੇ, ਜ਼ੀਲ ਬੋਇਜ਼ ਦਾ ਮਿਊਜ਼ਿਕਲ ਲਸਟੀ ਬੀਟ। ਅੱਖਾਂ ਨੇ ਲਾਲ ਪਰ ਨਸ਼ੇ ਜੇ ਨਹੀਂ ਕੀਤੇ, ਯਾਦ ਕਰ ਰੋਇਆ ਪਲ ਤੇਰੇ ਨਾ ਜੋ ਬੀਤੇ। ਉਹ ਵੀ ਬਾਈ ਕਿੱਥੋਂ ਕੱਢ ਕੇ ਲਿਆਏ ਹੋ ਮਾਨ ਸਾਹਿਬ, ਤੁਹਾਡੀ ਬੁੱਕ ਲੋੜੀ ਘੈਂਟ ਆ ਯਾਰ। ਰਾਹ ਤੇਰੇ ਬਾਰੇ ਪੁੱਛਦੇ ਜਿੱਥੇ ਤੂਰੇ ਹੱਥ ਫੜ ਕੇ, ਨੀ ਅੱਜ ਹੰਝੂਆਂ ਨਾ ਰਾਤ ਕੱਟੀ ਸਾਰੀ ਦੀ ਯਾਦ ਤੈਨੂੰ ਕਰਕੇ, ਨੀ ਯਾਦ ਤੈਨੂੰ ਕਰਕੇ, ਨੀ ਅੱਜ ਹੰਝੂਆਂ ਨਾ ਰਾਤ ਕੱਟੀ ਸਾਰੀ ਦੀ ਯਾਦ ਤੈਨੂੰ ਕਰਕੇ, ਨੀ ਯਾਦ ਤੈਨੂੰ ਕਰਕੇ। ਕੰਪਲੀਟ ਪੈਕੇਜ ਆ ਬਈ ਇਹ ਗਾਣਾ, ਮੈਂ ਹਰ ਇੱਕ ਬੰਦੇ ਨੂੰ ਕਹੂੰਗਾ, ਮਿਊਜ਼ਿਕ ਟੌਪ ਕਲਾਸ, ਲਿਰਿਕਸ ਬਾ ਕਮਾਲ, ਵੋਕਲਸ ਓਏ ਹੋਏ ਹੋਏ, ਕਿਆ ਬਾਤ। ਫੂਕ ਦਿੱਤੇ ਗਿਫਟ ਤੂੰ ਦਿੱਤੇ ਹੋਏ ਮੇਰੇ, ਮੈਂ ਤਾਂ ਨੇ ਰੱਖੇ ਸਾਰੇ ਸਾਂਭ ਕੇ ਤੇਰੇ, ਮੇਰੇ ਤੋਂ ਬਾਅਦ ਕੌਣ ਰੱਖਦਾ ਖਿਆਲ ਤੇਰਾ, ਦੱਸ ਕੌਣ ਆਇਆ ਤੇਰੇ ਦਿਲ ਦੇ ਨੇੜੇ, ਜਿਉਂਦੇ ਜੀ ਤਾਂ ਨੀ ਭੁੱਲੀ ਮੈਥੋਂ ਜਾਣੀ, ਨਾ ਭੁੱਲ ਹੋਣੀ ਮਰ ਕੇ, ਨੀ ਅੱਜ ਹੰਝੂਆਂ ਨਾ ਰਾਤ ਕੱਟੀ ਸਾਰੀ ਦੀ ਯਾਦ ਤੈਨੂੰ ਕਰਕੇ, ਨੀ ਯਾਦ ਤੈਨੂੰ ਕਰਕੇ, ਨੀ ਅੱਜ ਹੰਝੂਆਂ ਨਾ ਰਾਤ ਕੱਟੀ ਸਾਰੀ ਦੀ ਯਾਦ ਤੈਨੂੰ ਕਰਕੇ, ਨੀ ਯਾਦ ਤੈਨੂੰ ਕਰਕੇ। ਯਾਰ ਇਹ ਗਾਣੇ 'ਚ ਨਿਰੀ ਫੀਲ ਆ ਬਾਈ, ਇਹ ਗਾਣਾ ਮਤਲਬ ਇੱਦਾਂ ਤਾਂ ਹੈ ਹੀ ਨਹੀਂ ਕਿ ਤੁਸੀਂ ਬਾਹਲਾ ਇਸ ਗਾਣੇ ਬਾਰੇ ਕੁਛ ਬੋਲੋ, ਠੀਕ ਹੈ, ਮਹਿਸੂਸ ਕਰੋ ਬਾਈ, ਮਹਿਸੂਸ ਕਰੋ, ਫੀਲ ਮਹਿਸੂਸ ਕਰੋ, ਠੀਕ ਹੈ ਬਾਈ। ਉਹ ਬੰਦਾ ਹਲਕੇ ਜੇ ਅਪਬੀਟ ਟਾਈਪ ਦੇ ਵਿੱਚ ਕਹਿ ਰਿਹਾ, ਪੂਰਾ ਤਾਨਾ ਟਾਈਪ ਮਾਰ ਰਿਹਾ ਹੁੰਦਾ, ਜਿਵੇਂ ਤਾਨਾ ਜਿਹਾ ਰਾਤ ਕੱਟੀ ਆ ਤੁਹਾਨੂੰ ਰਾਤ ਕਰਕੇ ਉਸ ਤਰੀਕੇ ਨਾਲ, ਠੀਕ ਹੈ, ਮਤਲਬ ਇੱਕ ਹੁੰਦਾ ਨਾ ਹਿਡਨ ਵਿੱਚੋਂ ਗਾਣੇ 'ਚ ਜਿਹੜੀ ਚੀਜ਼, ਮੈਨੂੰ ਲੱਗਦਾ ਬਾਈ ਨੇ ਅੱਗੇ ਲਿਖੀ ਹੋਵੇ ਤਾਂ ਪਤਾ ਨਹੀਂ, ਬਟ ਜਿਵੇਂ ਕਹਿ ਰਹੇ ਹੁੰਦੇ ਕਿ ਤਰਨਾ ਵੀ ਮਾੜੀ ਹੋਊਗੀ, ਪੁੱਤ ਵੀ ਰੋਏਗੀ ਇੱਕ ਦਿਨ, ਉਹ ਜਿਹੜੀ ਹਿਡਨ ਹੁੰਦੀ ਆ ਨਾ ਥੋੜ੍ਹੀ ਜਿਹੀ, ਉਹ ਵਾਲੀ ਫੀਲ। ਹੋ ਕੇ ਨੀ ਦੂਰ ਕਰ ਗਈ ਐ ਹਨੇਰ ਤੂੰ, ਆ ਜਾ ਨੀ ਆ ਜਾ ਮੇਰੀ ਜ਼ਿੰਦਗੀ 'ਚ ਫੇਰ ਤੂੰ, ਲੱਗਦਾ 808s ਬਹੁਤ ਸੋਹਣੇ ਵਜੇ ਥੱਲੇ, ਨਾ ਦਿਲ ਮੇਰਾ ਦੱਸ ਕੀ ਕਰਾਂ, ਨਾ ਚੈਨ ਹੁੰਦਾ ਤੇਰੇ ਬਿਨਾਂ, VS ਕਲੇਅਰ ਨੂੰ ਨਾ ਆਉਂਦੀ ਸਮਝ ਹੈ ਕਿੱਦਾਂ ਦਿਨ ਲੰਘਦੇ, ਆ ਦੁੱਖ ਸੀਨੇ ਜਰ ਕੇ, ਨੀ ਅੱਜ ਹੰਝੂਆਂ ਨਾ ਰਾਤ ਕੱਟੀ ਸਾਰੀ ਦੀ ਯਾਦ ਤੈਨੂੰ ਕਰਕੇ, ਨੀ ਯਾਦ ਤੈਨੂੰ ਕਰਕੇ, ਨੀ ਅੱਜ ਹੰਝੂਆਂ ਨਾ ਰਾਤ ਕੱਟੀ ਸਾਰੀ ਦੀ ਯਾਦ ਤੈਨੂੰ ਕਰਕੇ, ਨੀ ਯਾਦ ਤੈਨੂੰ ਕਰਕੇ, ਕਾਹਦਾ ਪੇਸ਼ਕੇ ਚ ਹੋਏ ਬਰਬਾਦ ਨੀ, ਹੋਰ ਨਾ ਕਿ ਸੋਹਣੀ ਲੱਗੀ ਸੱਚੀ ਤੇਥੋਂ ਬਹਾਦ ਨੀ, ਕੱਲੀ ਕੱਲੀ ਯਾਦ ਅੱਗ ਸੀਨੇ ਵਿੱਚ ਲਾਉਂਦੀ ਆ, ਐਸਾ ਨਾ ਕੋਈ ਪਲ ਜਦ ਆਈ ਨਾ ਤੂੰ ਯਾਦ ਨੀ, ਦਿਲ ਕਰਦਾ ਆ ਤੈਨੂੰ ਹੁਣ ਖੋਲਾ ਮੈਂ, ਨੀ ਰੱਬ ਨਾਲ ਲੜਕੇ, ਨੀ ਅੱਜ ਹੰਝੂਆਂ ਨਾ ਰਾਤ ਕੱਟੀ ਸਾਰੀ ਦੀ ਯਾਦ ਤੈਨੂੰ ਕਰਕੇ, ਨੀ ਯਾਦ ਤੈਨੂੰ ਕਰਕੇ। ਗੱਲ ਇਹ ਆ ਨਾ ਕਿ ਇਹ ਕਹਿ ਸਕਦੇ ਕਿ ਹਾਂ ਜੇ ਕਿਤੇ
ਕੁੜੀ ਦੇ ਘਰ ਦੇ ਵਿੱਚ ਆ ਗਏ, ਕੁੜੀ ਬਹੁਤ ਲੋਇਲ ਆ ਤੁਹਾਡੇ ਨਾਲ, ਠੀਕ ਹੈ, ਜਾਂ ਕੋਈ ਸਰਕਮਸਟਾਂਸਿਸ ਇਹੋ ਜਿਹੇ ਬਣ ਗਏ, ਹੈ ਨਾ, ਕੋਈ ਮਿਸਅੰਡਰਸਟੈਂਡਿੰਗਸ ਹੋ ਗਈ, ਉੱਥੇ ਤੁਸੀਂ ਇਹ ਫੀਲ ਪੂਰੀ ਲੈ ਸਕਦੇ ਹੋ ਜਿਹੜੀ ਬਾਈ ਨੇ ਕਿਹਾ ਕਿ ਤੁਹਾਨੂੰ ਮੈਂ ਖੋਲੂੰਗਾ ਰੱਬ ਨਾਲ ਵੀ ਲੜ ਕੇ, ਹੈ ਨਾ। ਪਰ ਜਿੱਥੇ ਤੁਹਾਡਾ ਸੱਜਣ ਹੀ ਤੁਹਾਡੇ ਨਾਲ ਲੋਇਲ ਨਾ ਹੋਵੇ, ਉੱਥੇ ਫਿਰ ਕਿਆ ਕਰਿਆ ਜਾਵੇ? ਕਮੈਂਟ ਕਰਕੇ ਜ਼ਰੂਰ ਦੱਸਿਓ। ਕਿੱਥੇ ਲੰਘ ਗਿਆ, ਸੋਰੀ ਜੀ, ਆਪਣਾ ਫੋਨ ਵੱਜ ਗਿਆ ਸੀ ਗਲਤੀ ਨਾਲ, ਠੀਕ ਆ। ਮੈਂ ਇਹੀ ਕਹਿਣਾ ਚਾਹੂੰਗਾ ਇੱਥੇ ਗਾਣੇ ਵਾਸਤੇ ਕਿ ਇਸ ਗਾਣੇ ਨੂੰ ਸੁਣੋਗੇ ਫਿਰ ਇਸ ਗਾਣੇ ਦੀ ਸਮਝ ਆਊਗੀ। ਲਾਈਕ ਬਣਦਾ, ਆਵਾਜ਼ ਦਾ ਤੁਸੀਂ ਫੈਨ ਹੋ ਜਾਓਗੇ, ਲਿਰਿਕਸ ਤੁਹਾਡੇ ਨਾਲ ਨਾ ਖੇਡਣਗੇ, ਮਤਲਬ ਖੇਲੇ ਆ ਲਿਰਿਕਸ ਮੇਰੇ ਨਾਲ ਤਾਂ ਨਾ, ਮੇਰੀ ਇਮੋਸ਼ਨਸ ਨਾਲ, ਮੇਰੀਆਂ ਯਾਦਾਂ ਨਾਲ, ਉਹ ਵਾਲੀ ਚੀਜ਼ਾਂ ਨਾਲ, ਉਹ ਵਾਲੀ ਚੀਜ਼ ਹੁੰਦੀ ਆ, ਨਾਈਸ ਯਾਰ। ਅਤੇ ਮਿਊਜ਼ਿਕ ਦੀ ਗੱਲ, ਮਿਊਜ਼ਿਕ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਸੈਕਿੰਡ ਪੈਰੇ ਤੱਕ ਸਭ ਕੁਝ ਠੀਕ ਸੀਗਾ, ਸੈਕਿੰਡ ਪੈਰੇ ਤੋਂ ਬਾਅਦ ਨਾ ਮਿਊਜ਼ਿਕ 'ਚ ਵੇਰੀਏਸ਼ਨ ਨਹੀਂ ਆਇਆ। ਵੇਰੀਏਸ਼ਨ ਇਨ ਦਾ ਸੈਂਸ ਕਿ ਇੰਟਰਲਿਊਡ ਸੀ ਨਾ ਜਿਹੜਾ ਗਾਣੇ ਦਾ, ਉਹ ਇੰਟਰਲਿਊਡ ਦੇ ਵਿੱਚ ਕੋਈ ਐਸਾ ਇੰਸਟਰੂਮੈਂਟ ਜਾਂ ਕੁਛ ਐਸੀ ਚੀਜ਼ ਪਲੇ ਹੋ ਸਕਦੀ ਸੀ ਜਿਹੜੀ ਥੋੜ੍ਹੀ ਜਿਹੀ ਅਲੱਗ ਤਰੀਕੇ ਦੀ ਸਾਊਂਡ ਕਰਦੀ ਹੈ, ਕੋਈ ਫਲੋਟ ਜਾਂ ਕੋਈ ਹਾਰਮੋਨੀਅਮ, ਕੋਈ ਵੀ ਚੀਜ਼ ਇੱਦਾਂ ਦੀ ਥੋੜ੍ਹੀ ਸੈਡ ਜਾਂ, ਹੈ ਨਾ, ਟੋਨ ਦਿੰਦੀ। ਫਿਰ ਉਸ ਤੋਂ ਬਾਅਦ ਥਰਡ ਪੈਰੇ ਤੋਂ ਬਾਅਦ ਤੁਸੀਂ ਵੋਕਲ ਚੋਪਸ ਰੱਖ ਸਕਦੇ ਸੀਗੇ, ਸੋ ਕਾਫੀ ਚੀਜ਼ਾਂ ਉਹਦੇ ਹੋ ਸਕਦੇ ਸੀ ਜਿਹੜੀ ਥੋੜ੍ਹੀ ਜਿੱਦਾਂ ਲੱਗੀ ਕਿ ਹਾਂ ਘੱਟ ਗਿਆ, ਤਾਂ ਉਹ ਚੀਜ਼ ਹੋ ਸਕਦਾ ਸੀ। ਬਾਕੀ SFX ਐਂਡ ਪੂਰੀ ਬੀਟ ਬਹੁਤ ਪਿਆਰੀ ਸੀ। ਸਤਿ ਸ਼੍ਰੀ ਅਕਾਲ।